ਵੇਲੇ ਅਸੀਂ ਮਾਨਸਾ ਦੇ ਵਿੱਚ ਖੜ੍ਹੇ ਹਾਂ, ਤਿੰਨ ਕੋਨੀ ਰੋਡ 'ਤੇ, ਜਿੱਥੇ ਕਿਸਾਨਾਂ ਵੱਲੋਂ ਇੱਕ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਸੀ, ਜੋ ਕਿ ਪੂਰਨ ਤੌਰ 'ਤੇ ਸਫਲ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਚੱਕੇ ਜਾਮ ਬਾਰੇ ਇੱਕ ਚੇਤਾਵਨੀ ਦਿੱਤੀ ਜਾ ਰਹੀ ਹੈਗੀ, ਜਿਸ ਦੇ ਰਾਹੀਂ ਕੇਂਦਰ ਸਰਕਾਰ ਨੂੰ ਦੱਸਿਆ ਜਾਵੇ ਵੀ ਕਿਸਾਨ ਦੇ ਨਾਲ ਨਾਲ ਆਮ ਸ਼ਹਿਰੀ ਵੀ ਕਿੰਨੇ ਰੋਸ ਦੇ ਵਿੱਚ ਨੇ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿਸਾਨ ਆਗੂਆਂ ਨਾਲ, ਧੰਨਾਮਲ ਜੀ ਅਤੇ ਐਡਵੋਕੇਟ ਬਲਵੀਰ ਕੌਰ ਨਾਲ। ਬਿਲਕੁਲ ਸਰ, ਕਿਉਂਕਿ ਜਿਹੜਾ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਦਿੱਲੀ ਦੇ ਵਿੱਚ ਬਾਰਡਰਾਂ 'ਤੇ ਚੱਲ ਰਿਹਾ, ਉਸੇ ਦੇ ਵਿੱਚ ਜਿਹੜੀ 26 ਜਨਵਰੀ ਦੇ ਜੋ ਘਟਨਾਵਾਂ ਵਾਪਰੀਆਂ, ਜੋ ਕਿਸਾਨਾਂ ਦੇ ਪਰਚੇ ਰੱਦ ਕੀਤੇ ਗਏ ਅਤੇ ਜਿਹੜੇ ਨੌਜਵਾਨ ਬੇਦੋਸ਼ੇ ਜੇਲ੍ਹਾਂ ਵਿੱਚ ਬੰਦ ਕੀਤੇ ਗਏ, ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਸਾਰੇ ਹਿੰਦੁਸਤਾਨ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਸੜਕੀ ਜਾਮ ਕੀਤਾ ਗਿਆ, ਤਾਂ ਉਸੇ ਤਹਿਤ ਮਾਨਸਾ ਦੇ ਵਿੱਚ ਵੀ ਵੱਖ ਵੱਖ ਜਥੇਬੰਦੀਆਂ ਦੇ ਸੱਦੇ 'ਤੇ ਸੰਯੁਕਤ ਮੋਰਚੇ ਵੱਲੋਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਸਾਂਝਾ ਜਿਹੜਾ ਇੱਥੇ ਜਿਹੜਾ ਬੰਦ ਦਾ ਐਲਾਨ ਕੀਤਾ ਗਿਆ, ਬੰਦ ਚੱਲ ਰਿਹਾ ਹੈਗਾ ਕਿਉਂਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ, ਜਿਹੜੇ ਕਿਸਾਨ ਨੇ ਉੱਥੇ ਆਪਣਾ ਸ਼ਾਂਤੀਮਈ ਅੰਦੋਲਨ ਚਲਾ ਰਹੇ ਸੀ, ਤਾਂ ਉਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ, ਖਤਮ ਕਰਨ ਦੇ ਲਈ ਮੋਦੀ ਸਰਕਾਰ ਨੇ ਜੋ ਚਾਲਾਂ ਚੱਲੀਆਂ ਨੇ, ਜੋ ਚੱਲ ਵੀ ਰਹੀ ਹੈ, ਤਾਂ ਉਹਨਾਂ ਨੂੰ ਖਤਮ ਕਰਵਾਉਣ ਦੇ ਲਈ ਅਤੇ ਉਹਨਾਂ ਜਿਹੜੀਆਂ ਮੰਗਾਂ ਨੇ ਸਾਡੀਆਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਜਿਹੜਾ ਅੱਜ ਦਾ ਸੱਦਾ ਦਿੱਤਾ ਗਿਆ ਸੀ, ਤਾਂ ਉਸ ਸੱਦੇ ਤਹਿਤ ਅਸੀਂ ਮਾਨਸਾ ਦੇ ਵਿੱਚ ਵੀ ਜਿਹੜਾ ਇਹ ਆਪਣਾ ਜਾਮ ਲਾ ਰਹੇ ਹਾਂ ਸਰ। ਬਿਲਕੁਲ ਸਰ, ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਉਹਨਾਂ ਲੋਕਾਂ ਦੇ, ਚਾਹੇ ਉਹ ਕਿਸਾਨ ਨੇ, ਮਜ਼ਦੂਰ ਨੇ, ਵਪਾਰੀ ਨੇ, ਹਰ ਵਰਗ ਸਾਨੂੰ ਇਹਦੇ ਵਿੱਚ ਪੂਰਾ ਸਹਿਯੋਗ ਦੇ ਰਿਹਾ, ਹਰ ਕੋਈ ਆਪਣਾ ਯੋਗਦਾਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਪਾ ਰਿਹਾ, ਕਿਉਂਕਿ ਇਹ ਲੱਗ ਰਿਹਾ ਵੀ ਕਿਸਾਨਾਂ ਦਾ ਅੰਦੋਲਨ ਨਹੀਂ ਹੁਣ ਰਿਹਾ, ਇਹ ਜਨ ਅੰਦੋਲਨ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਅਤੇ ਉਹ ਦਿਨ ਦੂਰ ਨਹੀਂ ਜਦੋਂ ਮੋਦੀ ਸਰਕਾਰ ਨੂੰ ਇਹਦੇ ਅੱਗੇ ਝੁਕਣਾ ਹੀ ਪੈਣਾ ਹੈ। ਇਸ ਸੰਬੰਧ 'ਚ ਇਹੀ ਮੈਂ ਕਹਿਣਾ ਚਾਹੂੰਗਾ, ਕਿਉਂਕਿ ਪਿਛਲੇ ਦਿਨੀ ਜਿੱਦਾਂ ਇੱਕ ਲੰਬਾ ਸੰਘਰਸ਼ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ, ਦਿੱਲੀ ਦੀ ਧਰਤੀ ਦੇ ਉੱਤੇ ਚੱਲ ਰਿਹਾ, ਔਰ ਇਸ ਦੌਰਾਨ ਜੋ ਗਾਜ਼ੀਪੁਰ ਅਤੇ ਹੋਰ ਜਿਹੜੇ ਜਿੰਨੇ ਵੀ ਬਾਰਡਰ ਹੈਗੇ ਨੇ, ਉਹਨਾਂ ਬਾਰਡਰਾਂ ਦੇ ਉੱਤੇ ਸਰਕਾਰ ਵੱਲੋਂ ਜਿਹੜੀ ਸਖਤਾਈ ਕੀਤੀ ਜਾ ਰਹੀ ਹੈ ਔਰ ਲੋਕਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਪਾਣੀ ਦੀ ਸਪਲਾਈ ਬੰਦ ਹੈ, ਇੰਟਰਨੈਟ ਬੰਦ ਹੈ, ਔਰ ਮਨੁੱਖਤਾ ਦਾ ਘਾਣ ਅਸੀਂ ਇਹਨੂੰ ਕਹਿ ਸਕਦੇ ਹਾਂ, ਔਰ ਲੋਕਾਂ ਨਾਲ ਜਿਹੜੀਆਂ ਵਧੀਕੀਆਂ ਸਰਕਾਰ ਵੱਲੋਂ ਹੋ ਰਹੀਆਂ ਔਰ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਨੂੰ ਖਾਰਜ ਕਰਨ ਦੀ ਸਰਕਾਰ ਗੱਲ ਨਹੀਂ ਕਰਦੀ, ਬਲਕਿ ਉਹਨਾਂ ਨੂੰ ਸਮਝਾਉਣ ਦੀ ਗੱਲ ਕਰਦੀ ਹੈ। ਉਹਨਾਂ ਦੇ ਖਿਲਾਫ ਸੰਯੁਕਤ ਮੋਰਚੇ ਦੇ ਫੈਸਲੇ ਦੇ ਉੱਤੇ ਜਿਹੜਾ ਅੱਜ 12 ਤੋਂ ਲੈ ਕੇ 3 ਵਜੇ ਤੱਕ ਪੂਰੇ ਭਾਰਤ ਦੇ ਵਿੱਚ ਜਿਹੜਾ ਚੱਕਾ ਜਾਮ ਹੈ, ਤਾਂ ਜੋ ਸਰਕਾਰ ਨੂੰ ਇਹ ਦੱਸਿਆ ਜਾ ਸਕੇ, ਇਹ ਜਿਹੜੀ ਇਸ ਤਰ੍ਹਾਂ ਦਾ ਪ੍ਰਚਾਰ ਸਰਕਾਰ ਕਰਨ ਜਾ ਰਹੀ ਹੈ ਕਿ ਇਹ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੈ ਜਾਂ ਪੰਜਾਬ ਦੇ ਕਿਸਾਨ ਰੌਲਾ ਪਾ ਰਹੇ ਨੇ, ਪੰਜਾਬ ਦੇ ਕਿਸਾਨ ਜਿਹੜੇ ਆ ਸੰਘਰਸ਼ ਕਰ ਰਹੇ ਨੇ, ਇਹ ਦੱਸਣ ਵਾਸਤੇ ਸਰਕਾਰ ਦੇ ਇਹਨਾਂ ਕੰਨਾਂ ਨੂੰ ਖੋਲ੍ਹਣ ਦੇ ਵਾਸਤੇ ਸਮੁੱਚੇ ਭਾਰਤ ਦੇ ਵਿੱਚ ਇਹ ਜਿਹੜਾ ਚੱਕਾ ਜਾਮ ਹੈ ਉਹ ਕੀਤਾ ਜਾ ਰਿਹਾ, ਤਾਂ ਜੋ ਸਰਕਾਰ ਨੂੰ ਇੱਕ ਦੱਸਿਆ ਜਾ ਸਕੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੰਘਰਸ਼ ਨੇ ਹੋਰ ਪ੍ਰਚੰਡ ਹੋਣਾ ਅਤੇ ਹਰ ਵਰਗ ਜਿਹੜਾ ਇਸ ਸੰਘਰਸ਼ ਦੇ ਵਿੱਚ ਜਿਹੜਾ ਆ ਉਹ ਸ਼ਾਮਲ ਹੈ। ਦੇਖੋ, ਜਿਹੜਾ ਕਿਸਾਨਾਂ ਦਾ ਉਤਸ਼ਾਹ ਪਹਿਲੇ ਦਿਨ ਤੋਂ ਹੀ ਅਸੀਂ ਵੇਖਦੇ ਹਾਂ, ਪਰ ਦਿਨ ਬ ਦਿਨ ਜਿੰਨਾ ਸਰਕਾਰ ਜਿਹੜਾ ਹੈਗਾ ਜਬਰ ਕਰਨ ਜਾ ਰਹੀ ਹੈ ਲੋਕਾਂ ਦੇ ਉੱਤੇ, ਸਗੋਂ ਲੋਕਾਂ ਦੇ ਵਿੱਚ ਜਿੱਥੇ ਕਿਸਾਨਾਂ ਦੇ ਵਿੱਚ ਉਤਸ਼ਾਹ ਹੈ, ਉੱਥੇ ਨਾਲੋਂ ਨਾਲ ਹਰ ਵਰਗ ਦੇ ਵਿੱਚ, ਮਜ਼ਦੂਰਾਂ ਦੇ ਵਿੱਚ ਅਸੀਂ ਵੇਖਿਆ, ਵਪਾਰੀਆਂ ਦੇ ਵਿੱਚ, ਔਰ ਦੂਜੇ ਜਿਹੜੇ ਅਸੀਂ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਗੱਲ ਕਰੀਏ, ਵੱਖ ਵੱਖ ਜਿਹੜੇ ਤਬਕੇ ਨੇ ਜਿਹੜੇ ਅੰਨ ਖਾਂਦੇ ਨੇ, ਮੈਂ ਸਮਝਦਾ ਹਰ ਉਹ ਇਸ ਧਰਨੇ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਘੁੱਦੇ।
ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।